ਅਸਲਾਮ ਵਾਲੇਕਮ ਜੀ, ਤੁਸੀਂ ਦੇ ਰਹੇ ਜਾਨੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕੋਲ ਸਬਸਕ੍ਰਾਈਬ ਨਾ ਲੱਗੇ, ਬੈੱਲ ਆਈਕੋਨ 'ਤੇ ਬਟਨ ਕਰੋ ਪ੍ਰੈਸ ਕਹਿੰਦਾ, ਆਉਣ ਵਾਲੀ ਵੀਡੀਓ ਬਾ ਆਸਾਨੀ ਵੀਰਾਂ ਤੀਕਰ ਪਹੁੰਚੇ। ਅਤੇ ਮੇਰੇ ਵੀਰ ਵੇਖਣ ਸਭ ਤੋਂ ਪਹਿਲੇ, ਜਿੱਦਾਂ ਕਿ ਤੁਹਾਡਾ ਵੀਰ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਈ ਵੀਡੀਓ ਲੈ ਕੇ ਹਾਜ਼ਰ ਹੁੰਦਾ, ਹਰ ਰੋਜ਼ ਦੀ ਨਿਸਬਤ ਅੱਜ ਵੀ ਤੁਹਾਡਾ ਭਰਾ ਦੂਜਣ ਸੂਏ ਦੇ ਵਿੱਚ ਲੈ ਕੇ ਮੱਝ ਹਾਜ਼ਰ ਹੋਇਆ, ਇਹਦਾ ਦੂਜਾ ਸੂਆ ਸੂ ਰਹੀ ਹੈ। ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ, ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੋ, ਅਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਹਾਡੀਆਂ ਘਰਾਂ ਵਿੱਚ ਸਨੀਆਂ ਮਿੰਨੀ ਮੱਝ ਜੀ, ਮਾਸ਼ਾਅੱਲਾ ਚਿੱਟੀਆਂ ਅੱਖਾਂ, ਮੁੱਛ ਚਿੱਟੀ ਹੈ ਜੀ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ, ਮਾਸ਼ਾਅੱਲਾ ਪੂਰੀ ਪਸ਼ਮ, ਮਾਸ਼ਾਅੱਲਾ ਬਹੁਤ ਖੂਬਸੂਰਤ ਅਤੇ ਅਨਮੋਲ ਜਾਨਵਰ ਹੈ, ਮਾਸ਼ਾਅੱਲਾ ਥੱਬੇ ਦਾ ਹਵਾਨਾ, ਮਾਸ਼ਾਅੱਲਾ ਸੋਹਣਾ ਥਲ, ਸੋਹਣਾ ਵਿਰ ਲੱਗਿਆ ਹੈ ਜੀ, ਮਾਸ਼ਾਅੱਲਾ ਜੀ ਮੇਰੇ ਕੈਮਰੇ ਦੀ ਨਜ਼ਰ ਹੈ। ਤੁਸੀਂ ਕਰੋ ਆਪਣੀਆਂ ਤਸਲੀਆਂ, ਲੈਣੇ ਦੇਣੇ ਨਸੀਬ ਹੁੰਦੇ, ਤੁਹਾਡਾ ਵੀਰ ਤੁਹਾਡੇ ਵਾਸਤੇ ਸੋਹਣਾ ਅਤੇ ਅੱਛਾ ਜਾਨਵਰ ਲੱਭ ਕੇ ਲਿਆਉਂਦਾ। ਫੁੱਟ ਅੰਦਰ ਹਵਾਨਾ, ਫੁੱਟ ਬਾਹਰ ਹਾਲੇ ਦਿਨ ਲੈਂਦੀ ਹੈ, 12-13 ਦਿਨ ਲੈਂਦੀ ਹਾਲੇ ਮਾਲਕ ਕਹਿੰਦਾ। ਬਾਕੀ ਤੁਸੀਂ ਕਰੋ ਆਪਣੀ ਤਸਲੀਆਂ ਜੀ, ਲੈਣੇ ਦੇਣੇ ਨਸੀਬ ਹੁੰਦੇ ਨੇ, ਤੁਹਾਡਾ ਵੀਰ ਤੁਹਾਡੇ ਵਾਸਤੇ ਸੋਹਣਾ ਅਤੇ ਅੱਛਾ ਜਾਨਵਰ ਲੱਭ ਕੇ ਲਿਆਉਂਦਾ। ਕੋਸ਼ਿਸ਼ ਕਰਦਾ ਕਿ ਸੋਹਣਾ ਜਾਨਵਰ ਲਿਆਵਾਂ ਵੀਰਾਂ ਵਾਸਤੇ, ਹਰ ਚੀਜ਼ ਦੀ ਕੈਮਰਾਮੈਨ ਤੁਹਾਨੂੰ ਕਰਾ ਰਿਹਾ। ਤਸਲੀਆਂ ਤੁਸੀਂ ਕਰੋ ਆਪਣੀਆਂ ਤਸਲੀਆਂ ਜੀ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਮਿੰਨੀ ਮੱਝ ਹੈ ਜੀ, ਦੂਜਾ ਸੂਆ ਹੈ, ਪਹਿਲੇ ਸੂਏ ਕਿੰਨਾ ਦੁੱਧ ਦਿੰਦੀ ਰਹੀ, ਇਹ ਸਾਰੀ ਪੁੱਛਾਂਗੇ ਮਾਲਕ ਕੋਲੋਂ। ਜੜ ਜ਼ਿਮੀਦਾਰ ਬੰਦਾ ਹੈ, ਕੋਈ ਵਪਾਰੀ ਨਹੀਂ। ਸਿੰਘ ਹਿੱਲਦੇ ਨੇ ਜੀ, ਆਹ ਦੇਖੋ ਜੀ, ਆਹ ਸਿੰਘ ਦੋਵੇਂ ਹਿੱਲਦੇ ਨੇ ਮਾਸ਼ਾਅੱਲਾ ਜੀ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਇਹ ਮਿੰਨੀ ਦੀ ਇਹ ਨਿਸ਼ਾਨੀ ਹੁੰਦੀ ਕਿ ਇਹਦੇ ਸਿੰਘ ਹਿੱਲਦੇ ਹੁੰਦੇ ਨੇ, ਕਲੈਪਿੰਗ ਦੇ ਹਿੱਲਦੇ ਹੁੰਦੇ ਨੇ ਜੀ। ਇਹ ਚੈੱਕ ਕਰ ਸਕਦੇ ਦੋਵੇਂ ਮਾਸ਼ਾਅੱਲਾ, ਵੇਖੋ ਕਿੰਨੇ ਹਿੱਲਦੇ, ਇਹ ਦੇਖੋ ਜੀ, ਮਾਸ਼ਾਅੱਲਾ ਸੋਹਣੀ ਅਤੇ ਸੁਨੱਖੀ, ਮਾਸ਼ਾਅੱਲਾ ਬੜੀ ਸੋਹਣੀ ਲਾਜਵਾਬ ਚੀਜ਼ ਹੈ, ਮੈਂ ਮੇਰੇ ਕੈਮਰੇ ਦੀ ਨਜ਼ਰ ਹੈ। ਤੁਸੀਂ ਕਰੋ ਆਪਣੀਆਂ ਤਸਲੀਆਂ, ਲੈਣੇ ਦੇਣੇ ਨਸੀਬ ਹੁੰਦੇ ਨੇ, ਤੁਹਾਡਾ ਵੀਰ ਤੁਹਾਡੇ ਵਾਸਤੇ ਸੋਹਣਾ ਅਤੇ ਅੱਛਾ ਜਾਨਵਰ ਲੱਭ ਕੇ ਲਿਆਉਂਦਾ। ਕੋਸ਼ਿਸ਼ ਕਰਦਾ ਕਿ ਮੇਰੇ ਵੀਰਾਂ ਨੂੰ ਪਸੰਦ ਆਵੇ, ਸਫ਼ਰ ਵੀ ਕਰਦਾ, ਬੜਾ ਸਫ਼ਰ ਕਰੀਦਾ ਵੀਰਾਂ ਵਾਸਤੇ, ਅੱਛਾ ਅਤੇ ਸੋਹਣਾ ਜਾਨਵਰ ਲੱਭ ਕੇ ਲਿਆਈਦਾ, ਅਨਮੋਲ ਚੀਜ਼ ਲੱਭ ਕੇ ਲਿਆਈਦੀ ਹੈ। ਧੁੰਨੀ ਕੋੜੀ ਤੋਂ ਪਾਕ ਬਹੁਤ ਸੋਹਣੀ, ਹਰ ਚੀਜ਼ ਦੀ ਕੈਮਰਾਮੈਨ ਤੁਹਾਨੂੰ ਕਰਾਉਣ ਤਸਲੀਆਂ, ਚਾਰੋਂ ਤਰਫ ਕੈਮਰਾਮੈਨ ਸਾਹਿਬ ਸਾਰੀ ਕਰਾਓ ਤਸਲੀ ਵੀਰਾਂ ਦੀ, ਕੋਈ ਚੀਜ਼ ਰਹਿ ਨਾ ਜਾਵੇ ਕਿ ਮੇਰੇ ਵੀਰ ਆਖਣ ਯਾਰ ਅਸੀਂ ਇਹ ਦੇਖੀ ਨਹੀਂ ਸੀ। ਮਾਸ਼ਾਅੱਲਾ ਪਸ਼ਮ ਦੇਖ ਸਕਦੇ ਜੋ ਜੀ, ਬੜੀ ਪਿਓਰ ਨੀਲੀ ਦੀ ਨਿਸ਼ਾਨੀ ਹੁੰਦੀ ਜੀ ਪਸ਼ਮ, ਮਾਸ਼ਾਅੱਲਾ ਬੜਾ ਸੋਹਣਾ ਹਵਾਨਾ, ਥੱਬੇ ਦਾ ਹਵਾਨਾ, ਚਿੱਟੀਆਂ ਅੱਖਾਂ, ਮਾਸ਼ਾਅੱਲਾ ਸੋਹਣੀ ਅਤੇ ਅਰਸ਼ ਹੈ ਤੁਹਾਡੇ ਸਾਹਮਣੇ ਜੀ। ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ, ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੋ, ਆਪਣਾ ਰਾਬਤਾ ਨੰਬਰ ਹੈ ਅਤੇ ਵਟਸਐਪ ਨੰਬਰ ਹੈ 0308-4970-147। ਸਾਡਾ ਵੀਰ ਸਾਡੇ ਨਾਲ ਕੋਈ ਰਾਬਤਾ ਕਰ ਸਕਦਾ ਜੇ ਕਰਨਾ ਚਾਹੁੰਦਾ ਹੋਵੇ ਤਾਂ ਜੀ। ਬਾਕੀ ਸਾਰੀ ਗੱਲ ਕਰਨੀ ਹੈ ਮਾਲਕ ਨਾਲ। ਸਲਾਮ ਵਾਲੇਕੁਮ ਭਾਈ ਜੀ, ਕੀ ਹਾਲ ਚਾਲ ਹੈ? ਕੀ ਨਾਮ ਹੈ ਭਾਈ ਜੀ ਆਪਣਾ? ਮੁਹੰਮਦ ਮਨਸ਼ਾ ਸਾਹਿਬ, ਥੋੜ੍ਹਾ ਉੱਚੀ ਬੋਲਣਾ, ਕੈਮਰੇ ਦੇ ਵਿੱਚ ਤੁਹਾਡੀ ਆਵਾਜ਼ ਜਾਵੇ, ਅਤੇ ਉਹ ਗੱਲਾਂ ਕਰਨੀਆਂ ਨੇ ਸੱਚੀਆਂ ਅਤੇ ਖਰੀਆਂ ਕਿ ਜਿਹਦੇ ਆਪਾਂ ਨੂੰ ਕੋਈ ਗੱਲ ਦੇਣੀ ਨਾ ਆਵੇ, ਹਰ ਗੱਲ ਦੀ ਕਰਾਣੀ ਤਸੱਲੀ। ਪਹਿਲਾ ਸੂਆ ਤੂੰ ਇਹਦਾ ਪੀਤਾ? ਹਾਂਜੀ ਪੀਤਾ। ਕਿੰਨਾ ਦੁੱਧ ਦਿੰਦੀ ਰਹੀ? ਦੁੱਧ ਦਿੰਦੀ ਰਹੀ 15-16 ਕਿਲੋ ਪਹਿਲੇ। ਪੱਕਾ? ਪੱਕਾ ਭਾਈ। ਤੇ ਹੁਣ ਇਹ ਕਿੰਨਾ ਦੇਵੇਗੀ ਅੰਦਾਜ਼ਾ ਤੇਰਾ? 18 ਕਿਲੋ ਕਰ ਜਾਵੇ, 17 ਕਰ ਜਾਵੇ। ਇਹ ਤਾਂ ਬਹੁਤ ਜ਼ਿਆਦਾ, ਜਿਹੜਾ ਇਹਦਾ ਜੈਨਮੈਨ ਦੁੱਧ ਦੇਣਾ ਉਹ ਮੈਨੂੰ ਦੱਸਣਾ। ਦੱਸਿਆ ਮਸਟ ਕਰੇ ਜੀ, ਆਪਾਂ ਇਸ ਚੀਜ਼ ਦੀ ਗਰੰਟੀ ਦੇ ਸਕਦੇ ਨਹੀਂ ਦਿਆਂਗੇ। ਤੇ ਭਾਈ ਜੀ ਇਹਦਾ ਦੂਜਾ ਸੂਆ ਪਹਿਲਾਂ ਤੂੰ ਪੀ ਲਿਆ, ਦੂਜੇ ਸੂਬੇ ਤੂੰ ਇੰਨਾ ਦੁੱਧ ਕਰੇਗੀ, ਇਹ ਆਪਾਂ ਤਸੱਲੀ ਨਾਲ ਕਹਿ ਸਕਦੇ ਹਾਂ। ਤੇ ਇਹ ਮੇਰੇ ਵੀਰ ਇਹਦਾ ਨਾਨੀ ਦਾ ਜਿਹੜਾ ਜਾਇਜ਼ ਮੁਨਾਸਬ ਰੇਟ ਹੈ ਨਾ, ਪਿਆਰ ਮੁਹੱਬਤ ਵਾਲਾ ਮੇਰੇ ਭਰਾ ਨੇ ਉਹ ਰੇਟ ਕਰਨਾ, ਜ਼ਿਆਦਾ ਰੇਟ ਨਹੀਂ ਕਰਨਾ। ਮੇਰਾ ਵੀਰ ਇਹਦਾ 3.5 ਲੱਖ ਰੁਪਏ ਜਿਹੜੇ ਆਪਾਂ ਫਾਈਨਲ ਲੈ ਰਹੇ ਹਾਂ, 2,85,000। 2,85,000 ਇਹਦੇ 'ਚ ਕੋਈ ਪਿਆਰ ਮੁਹੱਬਤ ਕਮੀ ਪੇਸ਼ੀ? ਪਿਆਰ ਮੁਹੱਬਤ ਇਹਦੇ 'ਚ ਕੋਈ ਨਹੀਂ, ਮੈਂ ਅੱਗੇ ਤੈਨੂੰ ਬੜਾ ਜਾਇਜ਼ ਰੇਟ ਕਰ ਕਰਨਾ ਵੀ ਚਾਹੀਦਾ। ਵੇਲਾ ਸਫ਼ਰ 15 ਦਿਨ ਝੋਟੀ ਸੁਣਦੀ ਨਹੀਂ, ਝੋਟੀ ਤੋਰ ਚੱਡਾ ਲੈ ਕੇ ਟੁਰਾ ਨਹੀਂ ਹੁੰਦਾ ਜੇ ਇੰਜੇ ਨਹੀਂ, ਹਾਲੇ ਤਾਂ ਕੱਖ ਵੀ ਨਹੀਂ ਲਾਇਆ।
ਸਹੀ ਇਹ ਹਲੇ 10-12 ਦਿਨ ਲੈਂਦੀ ਸੋਹਣਾ ਹਵਾਨਾ ਬਣਾਈ ਚੰਗਾ ਸੋਹਣਾ ਹਵਾਨਾ ਬਣਾਉਂਦੀ ਜਿਵੇਂ ਬਣਾਉਣ ਦਾ ਚਲੋ ਠੀਕ ਹੈ 285,000 ਰੁਪਇਆ ਰੇਟ ਕਰਨਾ ਤੂੰ ਤੇ ਆਉਂਦਾ ਇਹਦੇ 'ਚ ਪਿਆਰ ਮੁਹੱਬਤ ਕਰ ਲਾਂਗੇ ਜੋ ਕਿ ਮੌਕੇ 'ਤੇ ਆਏਗਾ ਮੌਕੇ 'ਤੇ ਆਏਗਾ 285,000 ਰੁਪਇਆ ਭਾਈ ਰੇਟ ਕਰਦੇ ਨੇ ਕਹਿੰਦੇ ਨੇ ਕੋਈ ਪਿਆਰ ਮੁਹੱਬਤ ਕਰ ਲਾਂਗੇ ਅਗਰ ਕੋਈ ਸਾਡਾ ਵੀਰ ਮੌਕੇ 'ਤੇ ਆਉਂਦਾ ਜਾਂ ਸਾਨੂੰ ਆਉਂਦਾ ਯਾਰ ਮੈਂ ਲੈਣੀ ਹੈ ਆਪਾਂ ਇਹਦੇ 'ਚ ਕੋਈ ਪਿਆਰ ਮੁਹੱਬਤ ਕਰਾ ਸਕਦੇ ਹਾਂ ਅਗਰ ਮੇਰੀ ਵੀਡੀਓ ਤੁਹਾਨੂੰ ਇਹ ਪਸੰਦ ਆਉਂਦੀ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੋ ਅਤੇ ਇਸ ਵੀਡੀਓ ਨਾਲ ਦੇ ਵੀਰ ਦਿਓ ਜਸਤ ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ ਅੱਲਾ ਹਾਫਿਜ਼ ਜੀ।